ਜ਼ਿਵਾ ਚ ਹਾਜ਼ਰ ਹੈ, ਸਾਡੇ ਫਕੀਰ ਲੋਕ ਸਾਹਮਣੇ ਬੈਠੇ ਨੇ। ਸੋ ਗੱਲ ਕਰ ਲੈਂਦੇ ਹਾਂ ਫਕੀਰਾਂ ਦੀ, ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਕਹੋਗੇ, ਕਿਉਂਕਿ ਇੱਕ ਸ਼ੂਟ ਕਰਨਾ ਉਸ ਤੋਂ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਹੁਕਮ ਕਰਨਗੇ। ਸੋ ਮੇਰਾ ਵੀਰ ਵੀਰੂ ਰੁਮਾਣਾ, ਜਿਹਨਾਂ ਕਰਕੇ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੋ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਖਾਸ ਕਰਕੇ ਵੀਰੂ ਭਾਈ ਦਾ, ਕਿਉਂਕਿ ਇਹ ਇਹੋ ਜਿਹੇ ਮੇਲੇ ਕਰਦਾ ਰਹਿੰਦਾ, ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਹੁੰਦੇ ਰਹਿੰਦੇ ਨੇ। ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਵੀਰੂ ਭਾਈ ਦਾ ਨਾਂ ਦੇ ਮਾਰ ਦਿਓ, ਜਿਹੜੇ ਵਧੀਆ ਵਧੀਆ ਕਲਾਕਾਰ ਤੁਹਾਡੇ ਰੂਬਰੂ ਕਰ ਦੇ। ਸੋ ਹਾਂਜੀ, ਸ਼ੁਰੂ ਕਰਦੇ ਹਾਂ। ਇਸ ਮਾਲਕ ਦਾ ਉਸ ਤੋਂ ਜਿਸ ਤਰ੍ਹਾਂ ਤੁਸੀਂ ਕਹੋਗੇ। ਦਾਤਾ ਤੂੰ ਨਾ ਕਰੇ ਤਾਂ ਹੋਰ ਕਰੇ ਕਿਹੜਾ, ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾਹ ਮੇਰੇ, ਤੇ ਮੈਂ ਤੱਕਦਾ ਰਹਿਣੀ ਤਾਂ ਤੇਰੀਆਂ ਨੂੰ। ਮੈਂ ਤੁਹਾਡੇ ਵਿੱਚ ਆਇਆ, ਇਹ ਸਭ ਕਿਰਪਾ ਤੁਹਾਡੀ, ਤੁਸੀਂ ਕੱਖ ਤੋਂ ਲੱਖ ਬਣਾਇਆ, ਇਹ ਵੀ ਕਿਰਪਾ ਤੁਹਾਡੀ ਹੈ। ਹਾਂ ਮੱਥੇ ਘਸ ਜਾਂਦੇ ਨੇ ਰੱਬ ਤੋਂ ਮੰਗ ਮੰਗ ਲੋਕਾਂ, ਪਰ ਮੈਂ ਜੋ ਮੰਗਿਆ ਸੋ ਪਾਇਆ, ਇਹ ਵੀ ਕਿਰਪਾ ਤੁਹਾਡੀ ਹੈ। ਇਹਦੇ ਵਿੱਚ ਮੈਂ ਕੁਝ ਨਹੀਂ ਕਰਿਆ, ਕੀਆਂ ਜੋ ਵਡਿਆਈਆਂ, ਇਹ ਤਾਂ ਮੇਰੀ ਮਾਂ ਦੀਆਂ ਕੀਤੀਆਂ ਕੰਮ ਗਵਾਵਾਂ ਆਇਆ। ਧੰਨਵਾਦ ਉਹਨਾਂ ਸੱਜਣਾ ਦਾ ਜਿਹੜੇ ਐਬ ਗੁਨਾਹ ਮੇਰੇ ਗਿਣਦੇ ਨੇ, ਧੰਨਵਾਦ ਉਹਨਾਂ ਸੱਜਣਾ ਦਾ ਜਿਹੜੇ ਗੁਣੀਆਂ ਵਿੱਚ ਮੈਨੂੰ ਗਿਣਦੇ ਨੇ। ਹੱਥ ਸਿਰ ਤੇ ਹੈ ਇਸ ਮਾਲਕ ਦਾ, ਅਸੀਂ ਜਿਸ ਦੇ ਰੰਗ ਵਿੱਚ ਰੰਗਿਆ, ਚਾਹੇ ਭੁੱਖੀਆਂ ਚਾਹੇ ਨੰਗੀਆਂ, ਪਰ ਕਈਆਂ ਕੋਲੋਂ ਚੰਗੀਆਂ ਰਹੀਏ ਅੰਬਰਾਂ ਚ ਉੱਡੇ, ਦਾਤਾ ਤੇਰੇ ਹੀ ਸਹਾਰੇ ਖੂਬ ਲੁੱਟਦੇ ਆ ਮੌਜਾਂ, ਪੂਰੇ ਲਈ ਦੇਣ ਗਾਰੇ ਨਿਗਾਹ ਮੇਰੇ ਵਾਲੀ ਕਰੀ, ਸ਼ਾਵਾਂ ਕਰੀ ਦੋਵੇਂ ਹੱਥੀ, ਸਾਨੂੰ ਮਸਤਾਨ ਸਦਾ ਦਾਤਾ ਮਸਤੀ ਚ ਰੱਖੀ, ਸਾਨੂੰ ਮਸਤਾਨ ਸਦਾ ਰੱਖੀ।